ਸਟਾਰਟ ਹੋ ਗਈ। ਲੋ ਵੀ ਮਿੱਤਰੋ, ਅੱਜ ਅਸੀਂ ਇੱਥੇ ਆਪਣੇ ਚੱਲਿਆ ਯਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੀਵਾਲੀ 'ਤੇ, ਅਤੇ ਮੈਂ ਸੋਚਿਆ ਰਸਤੇ 'ਚ ਜਾ ਰਿਹਾ ਆਪਾਂ ਕੋਈ ਥੋੜ੍ਹੀ ਬਹੁਤੀ ਵੀਡੀਓ ਵਾਡੀਓ ਬਣਾ ਲਈਏ, ਅਤੇ ਬਸ ਜਾ ਰਿਹਾ ਹੁਣ ਆਹ ਬ੍ਰੋਕਰ ਹਾਈਵੇ 'ਤੇ ਆ ਗਏ ਹਾਂ ਆਪਾਂ, ਅਤੇ ਮੈਂ ਨਾਲ ਦੀ ਨਾਲ ਗਾਣੇ ਗੁਣੇ ਗਾਉਣਾ, ਅਤੇ ਆ ਬਾਈ ਆਪਣਾ ਨਾਲ ਕੈਲ ਸਿੰਘ ਕੈਲੀ, ਇਹ ਹੁਣ ਤੁਹਾਨੂੰ ਥੋੜ੍ਹੀ ਆਪਣੀ ਇੰਟਰੋਡਕਸ਼ਨ ਦਊਗਾ। ਹਾਂ ਬਾਈ ਕੈਲੀ, ਆ ਕਿੱਦਾਂ ਸੁਣੇ ਹੋ? ਉਹ ਠੀਕ ਆ ਬਾਈ, ਠੀਕ ਆ। ਬਸ ਚੱਲਿਆ ਯਾਰ ਗੁਰਦੁਆਰੇ ਮੱਥਾ ਟੇਕਣ, ਦੀਵਾਲੀ ਵੀ ਸੈਲੀਬ੍ਰੇਟ ਹੋ ਜੂਗੀ, ਕਰਿਆ ਤੁਹਾਨੂੰ ਪਤਾ ਤਸਮਾਨੀਆ ਭੈਣ ਚ ਬਰਾਂ ਜੰਗਲ ਆ, ਉੱਥੇ ਜਾ ਕੇ ਵਧੀਆ ਸੈਲੀਬ੍ਰੇਟ ਕਰਾਂਗੇ। ਨਹੀਂ ਨਹੀਂ ਕੱਲੀ ਨਹੀਂ, ਵੈਸੇ ਸੋਹਣਾ ਤਾਂ ਹੈਗਾ, ਆਪਣੇ ਭਾਈਚਾਰੇ ਦੇ ਬੰਦੇ ਮਿਲ ਜਾਣਗੇ, ਤੇ ਬਸ ਚੱਲੇ ਆ ਭਾਜੀ। ਟੂਰਿਸਟ ਪਲੇਸ ਹੈ ਨਾ, ਦੁਨੀਆ ਬਹੁਤ ਆਉਂਦੀ ਇੱਥੇ, ਤੇ ਵੈਸੇ ਵੀ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਆ, ਯੂਰਪ ਤੋਂ ਬਹੁਤ ਆਉਂਦੇ ਇੱਥੇ, ਸ਼ਿਪ ਵੀ ਆਉਂਦਾ ਹਰ ਵੀਕ ਆਲਮੋਸਟ, ਸ਼ਿਪ ਆਉਂਦਾ ਜਿਵੇਂ ਵਰਲਡ ਦੇ ਟੂਰ ਤੇ ਕੋਈ ਵੀ ਸ਼ਿਪ ਗਿਆ ਹੁੰਦਾ ਨਾ, ਕਿਤੋਂ ਵੀ ਜਰਮਨੀ ਤੋਂ ਜਿਵੇਂ ਮੰਨ ਲਓ ਵੀ ਕਿਤੋਂ ਵੀ ਸ਼ਿਪ ਆ ਜਾਂਦਾ US ਤੋਂ। ਤੇ ਬਾਕੀ ਇੱਥੇ ਯਾਰ ਕੰਮ ਦਾ ਬਹੁਤ ਮੰਦਾ ਹੈ, ਕੰਮ ਕੁੰਮ ਨਹੀਂ ਮਿਲਦਾ ਇੱਥੇ, ਅਤੇ ਬਸ ਟੈਕਸੀਆਂ ਦਾ ਕੰਮ ਕਰਦੇ ਆ, ਥੋੜ੍ਹੇ ਦੇਸੀ ਆਪਣੇ ਟੈਕਸੀਆਂ ਟੂਕਸੀਆਂ ਦਾ ਕਰਦੇ ਹਾਂ, ਬਾਕੀ ਚੱਲੀ ਜਾਂਦਾ ਯਾਰ, ਫਨ ਸ਼ਨ ਕਰਦੇ ਹਾਂ ਕਦੇ ਕਦੇ ਬੰਦੇ ਆਪਣੇ ਥੋੜ੍ਹੇ ਹੀ ਆ, ਤਾਂ ਫਿਰ ਕਦੇ ਕਦੇ ਫਿਰ ਜਦੋਂ ਟਾਈਮ ਮਿਲ ਜਾਂਦਾ ਉਦੋਂ ਹੀ ਕਰ ਲੈਂਦੇ ਹਾਂ ਯਾਰ, ਕੋਈ ਆਪਣੇ 'ਤੇ ਬੰਦਿਸ਼ ਨਹੀਂ ਗੀ, ਅਤੇ ਆਪਾਂ ਆਪਣੇ ਲੈਣ ਤੁਰਨ ਨਹੀਂ ਡੀ ਅੱਗੇ ਵੈਜੀਟੇਰੀਅਨ ਵੀਡੀਓ ਬਣਾ ਰਿਹਾ ਮੇਰਿਆ ਦਿਲ ਬਰਾ ਹੋਵੇ, ਉਹ ਦੱਸ ਮੇਰਿਆ ਦਿਲ ਬਰਾ ਵੇ, ਤੂੰ ਕਿਹੜੇ ਅਰਸ਼ ਦਾ ਤਾਰਾ, ਦੱਸ ਮੇਰਿਆ ਦਿਲਬਰਾ, ਦੱਸ ਮੇਰਿਆ ਦਿਲਬਰਾ ਵੇ, ਤੂੰ ਕਿਹੜੇ ਅਰਸ਼ ਦਾ ਤਾਰਾ, ਨੀ ਦੱਸ ਮੇਰਿਆ ਦਿਲਬਰਾ। ਲਓ ਵੀ ਮਿੱਤਰੋ, ਤੁਸੀਂ ਇੰਜੋਏ ਕਰਦੇ ਰਹੋ ਵਿਊ ਨਾਲ ਦੀ ਨਾਲ, ਮਤਲਬ ਕਿ ਜਿਹੜੇ ਬੰਦੇ ਨਹੀਂ ਆ ਸਕਦੇ ਇੱਥੇ ਉਹਨਾਂ ਨੂੰ ਅਸੀਂ ਮਤਲਬ ਫ੍ਰੀ ਜਿਹੜਾ ਟੈਲੀਕਾਸਟ ਦਿਖਾ ਰਹੇ ਹਾਂ। ਬਹੁਤ ਹੀ ਸੋਹਣਾ ਪਲੇਸ ਹੈ ਵੀਰੇ, ਪਹਾੜਾਂ ਪੂੜਾਂ ਦੇ ਵਿੱਚ ਜੰਗਲ, ਆਈਲੈਂਡ ਹੈ ਛੋਟਾ ਜਿਹਾ ਇੱਕ, ਤੇ ਬਹੁਤ ਹੀ ਬਿਊਟੀਫੁਲ ਜਿਹੜੇ ਪਲੇਸ ਹੈ, ਜਿਹੜੇ ਦਰਸ਼ਕ ਆ ਕੇ ਦੇਖ ਨਹੀਂ ਸਕਦੇ ਉਹਨਾਂ ਵਾਸਤੇ ਕਾਰ ਸੇਵਾ, ਉਹਨਾਂ ਦੇ ਲਈ ਫ੍ਰੀ ਸੇਵਾ। ਆਪਾਂ ਅੱਜ ਦੀਵਾਲੀ ਤੇ ਮੈਂ ਕਿਹਾ ਕੁਛ ਨਾ ਕੁਛ ਤਾਂ ਕਰ ਦਈਏ, ਲੋਕ ਕਾਰ ਸੇਵਾ ਕਰਦੇ ਆ। ਥੋੜੀ ਜੀ ਅੱਜ ਟ੍ਰੈਫਿਕ ਇੱਥੇ ਹੋਈ ਪਈ ਆ, ਮੈਨੂੰ ਲੱਗਦਾ ਲੋਕੀ ਦੀਵਾਲੀ ਦੇ ਮੈਨੂੰ ਲੱਗਦਾ ਬਾਹਰ ਅੰਦਰ ਪੈਗ ਪੁਗ ਲਾਉਣ ਚੱਲੇ ਆ, ਆਪਣੇ ਇੰਡੀਆ ਜਿਹੜੇ 100 ਰੁਪਿਆ ਕਮਾ ਕੇ ਜੂਆ ਖੇਡ ਜਾਂਦੇ ਉਹ ਤਾਂ ਮਾੜੀ ਗੱਲ ਹੈ। ਚੱਲ ਕਹਿੰਦੀ ਮੈਂ ਹੁਣ ਗਾਣਾ ਸੁਣਾਉਣ ਲੱਗਾ, ਉਹ ਦੱਸ ਮੇਰਿਆ ਦਿਲ ਬਰਾਵੇ, ਤੂੰ ਕਿਹੜੇ ਅਰਸ਼ ਦਾ ਤਾਰਾ, ਦੱਸ ਮੇਰਿਆ ਦਿਲਬਰਾ। ਆ ਬਾਈ ਹੁਣ ਤੁਹਾਨੂੰ ਵਾਟਰ ਫਰੰਟ ਦਿਖਾਉਣੇ ਆ ਥੋੜ੍ਹਾ ਜਿਹਾ, ਇੱਥੋਂ ਬਹੁਤ ਹੀ ਵਧੀਆ ਸੀਨ ਹੈ ਵੀਰੇ, ਦੇਖੋ ਥੋੜ੍ਹਾ ਜਿਹਾ
ਢਾਕਾ ਬਣਾ ਰਿਹਾ ਹੁਣ, ਥੋੜੀ ਵੀਡੀਓ ਵਾਚ ਕਰੋ ਤੁਸੀਂ ਵਾਟਰ ਫਰੰਟ ਦੀ ਥੋੜੀ ਜਿਹੀ ਆਪਣੇ ਪਹਿਲੀ ਥੋੜਾ ਜਿਹਾ ਮਿਊਜ਼ਿਕ ਲਾ ਦੇਣਾ ਪਿੱਛੋਂ ਥੋੜਾ ਜਿਹਾ ਵਧੀਆ ਗਾਣਾ ਲਾ ਦੇ ਕੋਈ ਪੰਜਾਬੀ ਨਹੀਂ ਹੈਗਾ ਯਾਰ ਮੇਰੇ ਨਾ ਇੰਗਲਿਸ਼ ਚੱਲਣ ਦੇ ਉਹ ਲਾ ਦੇ ਦੀਵਾਲੀ ਦੇ ਮੌਕੇ ਦੇ ਮੈਨੂੰ ਉਹ ਕਿਹੜਾ ਗਾਣਾ ਉਹ ਜੇ ਵਧੀਆ ਗਾਣਾ ਲਾ ਦੇ ਕੋਈ ਬ੍ਰਿਜ ਦੇ ਉੱਤੋਂ ਬਹੁਤ ਸੋਹਣੀ ਬਣਨੀ ਬਹੁਤ ਹੀ ਸੋਹਣਾ ਬਾਈ ਵਿਊ ਆਊਗਾ ਹੁਣ ਇੱਥੋਂ ਤੁਸੀਂ ਦੇਖੀ ਜਾਇਓ ਪਹਿਲੀ ਵਾਰ ਕੱਟ ਸੋਣੀ ਆ ਸਾਡਾ ਇੱਥੇ ਇੱਕ ਤਸਮਾਨ ਬ੍ਰਿਜ ਆ ਸਰ ਨਹੀਂ ਹਿੱਲ ਮੋਹ ਮੈਂ ਪਹਿਲੀ ਵਾਰ ਕੱਟ ਰਹੀ ਥੋੜਾ ਮੈਂ ਬੋਲ ਰਿਹਾ ਆ ਵੈਰੀ ਆ ਦੇਖੋ ਵੀ ਆ ਵੀ ਹੀਰ ਗਾਇਸ ਓ ਮਾਈ ਗੋਡ ਦ ਫਰਸਟ ਟਾਈਮ ਇਨ ਹਾਵਾਰਡ ਆ ਲਵ ਪਲੇਸ ਉਧਰ ਤਾਂ ਹਾਂ ਉਧਰ ਬਣਾ ਰੋ ਤੋਂ ਉਹ ਤਾਂ ਬਣਾ ਨਾ ਪੂਰੀ ਬਣਾ ਬ੍ਰਿਜ ਦੀ ਥੱਲੇ ਬਣਾ ਇਧਰ ਥੱਲੇ ਤੁਸੀਂ ਦੇਖ ਰਹੇ ਹੋ ਜਿਵੇਂ ਵਾਟਰ ਫਰੰਟ ਉੱਤੇ ਆਪਣੇ ਸਮੁੰਦਰ ਦੇ ਉੱਤੇ ਛੋਟਾ ਜਿਹਾ ਇਹ ਬ੍ਰਿਜ ਬਣਿਆ ਹੋਇਆ 5-7 ਕਿਲੋਮੀਟਰ ਦਾ ਤੇ ਬਹੁਤ ਹੀ ਨਾਈਸ ਜਿਵੇਂ ਕਿ ਦੇਖ ਰਹੇ ਹੋ ਤੁਸੀਂ ਕਾਰਾਂ ਕੂਰਾਂ ਥੋੜ੍ਹੀਆਂ ਜਾਂ ਟ੍ਰੈਫਿਕ ਥੋੜ੍ਹੀ ਹੁੰਦੀ ਇੱਥੇ ਅਤੇ ਬਸ ਸਾਰੇ ਘਰ ਜਿਹੜੇ ਪਹਾੜਾਂ ਪਹੁੜਾਂ 'ਤੇ ਬਣੇ ਹੋਏ ਆ ਬੀਚ ਦੇ ਕਿਨਾਰੇ 'ਤੇ ਸਮੁੰਦਰ ਵਿੱਚੋਂ ਵਿੱਚ ਸ਼ਹਿਰ ਦੇ ਅਤੇ ਸਾਈਕਲ ਵਾਲਾ ਵੀ ਸਾਈਡ 'ਤੇ ਜਾ ਰਿਹਾ ਇਹ ਕਹਿੰਦਾ ਬ੍ਰਿਜ ਮੈਂ ਸਾਈਕਲ 'ਤੇ ਪਾਰ ਕਰਨਾ ਮੈਂ ਕਿਹਾ ਤੂੰ ਠੀਕ ਆ ਬਾਈ ਆਪਣੀ ਰਾਈਡ ਲੈਣ ਰੱਖ ਰਾਈਡ ਏਅਰਪੋਰਟ ਨਾਲ ਦੀ ਨਾਲ ਬਾਈ ਮੈਨੂੰ ਗਾਣਾ ਨਹੀਂ ਯਾਦ ਆ ਰਹੇ ਗਾਣਾ ਗੁਣਾ ਇੱਕ ਅੱਧਾ ਹੋਰ ਸੁਣਾ ਦੇਣਾ ਸੀ ਗਾਣਾ ਯਾਰ ਆ ਨਹੀਂ ਰਹਿਣਾ ਯਾਦ ਅਤੇ ਕੋਈ ਨਹੀਂ ਤੁਸੀਂ ਵੀਡੀਓ ਇੰਜੋਏ ਕਰੋ ਆਈ ਨੋ ਇਟਸ ਅ ਗਾਣਾ ਬਈ ਅਤੇ ਜਿਵੇਂ ਕਿ ਬਾਈ ਤੁਹਾਨੂੰ ਮੈਂ ਦੱਸਿਆ ਸੀ ਬਹੁਤ ਹੀ ਆਈ ਲਵ ਦ ਪਲੇਸ going to Lauderdale Gurdwara Sahib Dan 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 ni 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 on ni on years ago when Oprah finished her show she had these parting words I thank you for being as much of a sweet inspiration for me oh jila barnala got gill patlo ni tere utte aa gaya hai tan 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 oh tere utte aa gaya hai dil patlo ni tere utte aa gaya hai dil patlo ho ਭਾਈ ਦੇਖਦੇ ਰਹੋ ਘਰ ਘੁਰ
ਬਾਲਾ ਹੁਣ ਮੇਰੀ ਬੋਲਣ ਦੀ ਵਾਹ ਨਹੀਂ ਗੀ, ਤੁਸੀਂ ਆਪ ਸਿਆਣੇ ਆ ਠੀਕ ਹੈ ਨਹੀਂ, ਵੀਡੀਓ ਬਣਾ ਕੇ ਦਿਖਾਈ ਹੈ ਨਾ, ਔਰ ਮੈਂ ਬੋਲ ਬੋਲ ਕੇ ਦੱਸਾਂ ਵੀ ਕੀ ਹੋ ਰਿਹਾ ਇੱਥੇ, ਜਿਵੇਂ ਬਹੁਤ ਹੀ ਪਿਆਰੇ ਪੇੜ ਪੌਦੇ, ਗ੍ਰੀਨਰੀ ਬਹੁਤ ਹੀ ਜ਼ਿਆਦਾ, ਮੈਂ ਨਾ ਜੰਗਲ ਹੀ ਆ ਜਿਵੇਂ ਕਹਿੰਦੇ ਆ ਨਾ ਕਿ ਜੰਗਲ, ਬਿਲਕੁਲ ਜੰਗਲ ਵਾਲੀ ਗੱਲ ਹੋਈ ਪਈ ਆ, ਜਿਵੇਂ ਜੰਗਲ ਚ ਮੰਗਲ ਹੋਇਆ ਪਿਆ, ਥੋੜਾ ਬਹੁਤਾ ਇਹਨਾਂ ਨੇ ਜੰਗਲ ਜੁੰਗਲ ਵੱਢ ਕੇ ਘਰ ਬਣਾਏ ਆ, ਵੈਸੇ ਜੰਗਲ ਬਹੁਤ ਹੀ, ਜੰਗਲ ਬੀਆਬਾਨ ਬਹੁਤ ਹੀ ਨੈਚੁਰਲ ਪਲੇਸ ਆ, ਪਹਾੜੀਆਂ ਖਾਲੀਆਂ ਘਟਾਵਾਂ ਚੜੀਆਂ ਰਹਿੰਦੀਆਂ ਹਰ ਟਾਈਮ ਇੱਥੇ, ਆਹ ਬੰਦੇ ਦੀ ਗੱਡੀ ਬ੍ਰੇਕ ਡਾਊਨ ਹੋਈ ਆ ਇੱਥੇ ਸਾਲਿਆ ਕੀ ਕਰਦਾ, ਨਹੀਂ 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 ਜਾਣਦੇ ਸਿੱਧਾ ਸਿੱਧਾ ਕਿੱਧਰ ਦਾ, ਸਿੱਧਾ ਜਾਣਾ ਆਪਾਂ ਇੱਥੋਂ ਗੁਰਦੁਆਰਾ ਕਿੱਥੇ, ਸਿੱਧਾ ਹੀ ਆ ਸਿੱਧਾ ਲੋਡਰਡੇਲ ਥੋੜ੍ਹੀ ਆ, ਸਿੱਧਾ ਬਲਾ ਪਾਗਲ ਹੋ ਗਿਆ ਕਿੱਥੇ ਫਿਰ ਤੂੰ, ਉੱਥੇ ਹੀ ਕਹਿੰਦਾ ਜੀ ਲੋਡਰਡੇਲ, ਮੈਂ ਲੋਡਰਡੇਲ ਨਹੀਂ ਐਕਟਨ ਪਾਰਕ ਹੈ ਗੁਰਦੁਆਰਾ, ਸਿੱਧਾ ਐਕਟਨ ਪਾਰਕ ਆਹ ਦੇਖੋ ਵੀਰੇ ਤੁਸੀਂ ਪਹਾੜੀਆਂ ਦਾ ਵਿਊ ਦੇਖੋ, ਕਿੰਨਾ ਕਿੰਨੀ ਸਫਾਈ ਵਾਲੀ ਸ਼ਹਿਰ, ਸ਼ਹਿਰ ਕਿੰਨੀ ਸਿੱਧੀ ਸਫਾਈ ਦੀ ਆਵੇ, ਮੈਂ ਨਾ ਨਜ਼ਾਰਾ ਆ ਜਾਂਦਾ ਕਿ ਦਿਲ ਰੂਹ ਖੁਸ਼ ਹੋ ਜਾਂਦੀ ਬੰਦੇ ਦੀ, we are just crossing this fucking Kia. This driver is so slow at the moment. Hala hawa ka pad raha hai. Nahi theek hai theek hai, thande thande chalo. Diwali aa gayi. Aaj Diwali aa maida. ਠੀਕ ਆ, ਹੌਲੀ ਹੌਲੀ ਜਾਣਾ ਚਾਹੀਦਾ ਬੰਦੇ ਨੂੰ, ਪਿਆਰ ਪਿਆਰ ਨਾਲ ਜਾਓ, ਇੱਥੇ ਰੋਂਗ ਟਰਨ ਵਾਲੇ ਮੁੰਡੇ ਵੀ ਬਾਈ ਬੜੇ ਘੁੰਮਦੇ ਆ, ਇੱਥੇ ਬਚਾ ਕੇ ਚਲਿਓ, ਇਹਦਾ ਥੋੜੀ ਜਿਹੀ ਚੱਲ ਦੁਪਹਿਰ ਆ ਤਾਂ ਮੰਨ ਲਓ ਵੀ ਟ੍ਰੈਫਿਕ ਟਰੂਫਿਕ ਆਉਂਦੀ ਆ, ਰਾਤ ਨੂੰ ਤਾਂ ਬੰਦਾ ਇੱਥੇ ਕੋਈ ਵਾਹ ਨਹੀਂ ਆ, ਇੱਥੋਂ ਜੇ ਕੋਈ ਕ੍ਰੋਸ ਕਰ ਜੇ, ਰੋਂਗ ਟਰਨ ਵਾਲੇ ਸਾਲੇ ਆ ਦੇਖ, ਗੱਡੀ ਉਹਨਾਂ ਦੀ ਹੋਣੀ ਆ ਰੋਂਗ ਟਰਨ ਵਾਲੇ ਦੀ, ਜਾਣ ਕੇ ਗੱਡੀ ਖਰਾਬ ਕਰਕੇ ਬਹਿ ਜਾਂਦੇ ਆ, ਜੇ ਕੋਈ ਰੁਕ ਜੇ ਤਾਂ ਬਾਅਦ ਚੋ ਕਾਪੇ ਕੂਪੇ ਮਾਰ ਕੇ ਭੱਜ ਜਾਂਦੇ ਆ, ਬੰਦਾ ਖਾ ਜਾਂਦੇ ਆ, ਨਹੀਂ 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 ਡਰਾਈ ਨਹੀਂ ਜਾਂਦੇ, ਕਹਿ ਅਸਲੀਅਤ ਆ, ਜੰਗਲ ਏਰੀਆ ਜੇ ਹੋਰ ਹੁੰਦਾ ਕੀ ਆ ਯਾਰ, ਜੰਗਲ ਤਾਂ ਇੱਕ ਰੋਡ ਜਾ ਰਿਹਾ ਜੰਗਲ ਦੇ ਵਿੱਚੋਂ, ਕੋਈ ਬੰਦਾ ਨੀ ਬੰਦੇ ਯਾਦ ਨੀ, ਉਹ ਦੱਸ ਮੇਰੇ ਆ ਦਿਲ ਪਰਾਵੇ, ਉਹ ਤੂੰ ਕਿਹੜੇ ਅਰਸ਼ ਦਾ ਤਾਰਾ, ਉਹ ਦੱਸ ਮੇਰੇ ਆ ਦਿਲ service and a quick look at their work online will show you why. After 25 years in the building industry, hundreds of Tasmanian families selected LHG Homes to help them through the process. Chal main yaar video band kar laga na, vaise Acton Park di banoni si, Acton Park bahut vadhiya area, main baad mein dooji bana lenga, chal dooji bana.